ਸ਼ਿਕਾਲ ਜੀ, ਵੈਲਕਮ EVR ਡਿਜ਼ਾਈਨਰ ਬੁਟੀਕ। ਅੱਜ ਅਸੀਂ ਤੁਹਾਡੇ ਵਾਸਤੇ ਪੰਜਾਬੀ ਸੂਟ ਲੈ ਕੇ ਆਏ ਹਾਂ। ਪਾਰਟੀ ਵੀਅਰ, ਵੈਡਿੰਗ ਵੀਅਰ ਜਾਂ ਰਕਸ਼ਾ ਬੰਧਨ ਸਪੈਸ਼ਲ ਕਹਿ ਲਓ, ਫੈਸਟੀਵਲ ਆ ਗਿਆ ਹੈ ਰਕਸ਼ਾ ਬੰਧਨ ਦਾ, ਤੁਸੀਂ ਤਿਆਰੀ ਕਰਨੀ ਹੈ, ਸੂਟ ਤੁਸੀਂ ਖਰੀਦਣਾ ਜ਼ਰੂਰ ਹੋਏਗਾ। ਅਤੇ ਇਸੇ ਕਰਕੇ ਅਸੀਂ ਨਵੇਂ ਡਿਜ਼ਾਇਨ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਬਹੁਤ ਹੀ ਸੋਹਣਾ ਸੂਟ ਹੈ ਜੀ, ਔਰਗੈਂਜ਼ਾ ਫੈਬਰਿਕ ਦੇ ਉੱਪਰ ਹੀ ਰੈਡੀ ਕੀਤਾ ਗਿਆ ਹੈ ਸੂਟ। ਪਲਸ ਦਾ ਵਰਕ ਹੈ ਜੀ, ਪਲਸ ਦੇਖ ਹੀ ਰਹੇ ਹੋ ਤੁਸੀਂ, ਕਿੰਨਾ ਸੋਹਣਾ ਪਲਸ ਨਾਲ ਵਰਕ ਕੀਤਾ ਗਿਆ ਹੈ ਸੂਟ ਦੇ ਉੱਪਰ। ਔਰ ਇਹਦੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਰਹਿਣ ਵਾਲਾ ਹੈ, ਪਾਕਿਸਤਾਨੀ ਲੈਸ ਦੇ ਨਾਲ ਵਾਈਟ ਕਰੋਸ਼ੀਏ ਵਾਲੀ ਲੈਸ ਲੱਗੀ ਹੋਈ ਹੈ। ਪਲਸ ਦਾ ਵਰਕ ਵੇਖੋ ਕਿੰਨਾ ਪਿਆਰਾ ਔਰ ਕਿੰਨਾ ਫਿਨਿਸ਼ਿੰਗ ਨਾਲ ਹੈ, ਬਹੁਤ ਹੀ ਸੋਹਣਾ ਸੂਟ ਰੈਡੀ ਕੀਤਾ ਗਿਆ ਜੀ। ਕਲਰ ਕੋਂਬੀਨੇਸ਼ਨ ਤੁਸੀਂ ਦੇਖ ਰਹੇ ਹੋ, ਪਿੰਕ ਬੇਬੀ ਪਿੰਕ ਕਲਰ ਐਂਡ ਸਕਾਈ ਕਲਰ, ਦੋ ਕਲਰ ਇਹਦੇ ਵਿੱਚ ਅਵੇਲੇਬਲ ਨੇ, ਜਿਹੜਾ ਮਰਜ਼ੀ ਤੁਸੀਂ ਖਰੀਦ ਸਕਦੇ ਹੋ। ਪ੍ਰਾਈਸ ਸਿਰਫ 1600 ਰੁਪਏ, ਫ੍ਰੀ ਸ਼ਿਪਿੰਗ ਰਹੇਗਾ ਜੀ। ਨੈਕਸਟ ਡਿਜ਼ਾਈਨ ਆਪਣਾ ਬਹੁਤ ਹੀ ਸੋਹਣਾ ਹੈ, ਯੂਨੀਕ ਜਿਹੇ ਕਲਰ ਨੇ, ਬਹੁਤ ਹੀ ਪਿਆਰਾ ਸੂਟ ਬਣਾਇਆ ਗਿਆ ਹੈ। ਪਿਓਰ ਕੋਟਾ ਡੋਰੀ ਦਾ ਸਟੱਫ ਰਹਿਣ ਵਾਲਾ ਹੈ ਜੀ ਸੂਟ ਦਾ, ਔਰ ਹੈਂਡ ਪਲਸ ਦਾ ਕੰਮ ਕੀਤਾ ਗਿਆ ਹੈ, ਜੋ ਵੀ ਕੰਮ ਹੈ ਹੈਂਡ ਦਾ ਕੰਮ ਹੈ, ਠੀਕ ਹੈ ਜੀ। ਔਰ ਨੈਕ ਦੇਖੋ ਕਿੰਨਾ ਪਿਆਰਾ ਬਣਾਇਆ ਗਿਆ ਹੈ, ਹੈਂਡ ਪਲਸ ਦੇ ਨਾਲ ਰੈਡੀ ਕੀਤਾ ਹੈ, ਨਾਲੇ ਲੈਸ ਲੱਗੀ ਹੈ ਪਾਕਿਸਤਾਨੀ ਨੈਕ 'ਤੇ। ਔਰ ਇਹਦਾ ਦੁਪੱਟਾ ਵੀ ਪਿਓਰ ਕੋਟਾ ਡੋਰੀਆ ਦਾ ਸੋਫਟ ਕੁਆਲਿਟੀ ਦਾ ਆਏਗਾ। ਔਰ ਕੋਟੇ ਡੋਰੀ ਦੇ ਦੁਪੱਟੇ ਦੇ ਉੱਪਰ ਤੁਸੀਂ ਦੇਖ ਹੀ ਰਹੇ ਹੋ ਕਿ ਇੰਬੋਇਡਰੀ ਵਰਕ ਕੀਤਾ ਗਿਆ ਹੈ, ਇੰਬੋਇਡਰੀ ਵਾਲਾ ਦੁਪੱਟਾ ਆਉਣ ਵਾਲਾ ਹੈ। ਕਲਰ ਬਹੁਤ ਹੀ ਸੋਹਣੇ ਸੋਹਣੇ ਆਈਸਕ੍ਰੀਮ ਚਾਟ ਵਾਲੇ ਕਲਰ ਆਉਣਗੇ, ਲਾਈਟ ਸ਼ੇਡ ਹੋਣਗੇ। ਪ੍ਰਾਈਸ ਬਿਲਕੁਲ ਨੋਰਮਲ, ਬਹੁਤ ਹੀ ਸੋਹਣਾ ਜਿਹਾ ਪ੍ਰਾਈਜ਼ ਮਿਲਣ ਵਾਲਾ ਹੈ ਜੀ। ਪ੍ਰਾਈਜ਼ ਹੋਏਗਾ ਸਿਰਫ 1250 ਰੁਪਏ, ਫ੍ਰੀ ਸ਼ਿਪਿੰਗ। ਨੈਕਸਟ ਡਿਜ਼ਾਈਨ ਆਪਣਾ ਬਹੁਤ ਹੀ ਸੋਹਣਾ ਸੂਟ, ਬਨਾਰਸੀ ਲੁੱਕ ਦੇ ਵਿੱਚ ਰੈਡੀ ਕੀਤੇ ਗਏ ਨੇ ਸੂਟ। ਪੱਟੀ ਦੇ ਉੱਪਰ ਵੀ ਵਰਕ ਹੈ ਜੀ ਗੋਲਡਨ ਕਲਰ ਦਾ, ਔਰ ਬਾਰਡਰ 'ਤੇ ਵੀ ਕਟਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਔਰ ਦੁਪੱਟਾ ਰਹਿਣ ਵਾਲਾ ਹੈ ਜੀ ਸ਼ਿਫੋਨ ਦਾ, ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਜੀ। ਸਟਾਈਲਿਸ਼ ਸੂਟ ਬਣਿਆ ਹੋਇਆ, ਬਹੁਤ ਹੀ ਪਾਰਟੀ ਵੀਅਰ ਸੂਟ ਹੈ, ਬੋਟਮ ਹੋਏਗੀ ਇਹਦੇ ਨਾਲ ਸਾਟਨ ਦੀ, ਠੀਕ ਹੈ ਜੀ। ਪ੍ਰਾਈਸ ਸਿਰਫ 2100 ਰੁਪਏ, ਫ੍ਰੀ ਸ਼ਿਪਿੰਗ ਦੇ ਨਾਲ। ਕਲਰ ਤੁਹਾਨੂੰ ਸ਼ੋ ਹੋ ਰਹੇ ਨੇ, ਚਾਰ ਕਲਰ ਇਹਦੇ ਵਿੱਚ ਅਵੇਲੇਬਲ ਨੇ, ਇੱਕ ਬਲੈਕ, ਰੈੱਡ, ਕਰੀਮ ਐਂਡ ਪਿੰਕ ਕਲਰ, ਚਾਰ ਕਲਰ ਨੇ। ਚਾਰੇ ਕਲਰ, ਚਾਰੇ ਸੂਟ ਬਹੁਤ ਹੀ ਸੋਹਣੇ ਔਰ ਡਿਜ਼ਾਈਨਰ ਹੈ। ਪਾਰਟੀ 'ਤੇ ਪਾਓ, ਵੈਡਿੰਗ 'ਤੇ ਪਾਓ ਜਾਂ ਫਿਰ ਫੈਸਟੀਵਲ ਰਕਸ਼ਾ ਬੰਧਨ 'ਤੇ ਤੁਸੀਂ ਰੈਡੀ ਹੋਵੋ। ਪ੍ਰਾਈਸ ਨੋਰਮਲ ਰਹੇਗਾ 2100 ਰੁਪਏ। ਨੈਕਸਟ ਡਿਜ਼ਾਈਨ ਐਂਡ ਨੈਕਸਟ ਸੂਟ ਬਹੁਤ ਹੀ ਸੋਹਣਾ ਜਿਹਾ ਸੂਟ ਹੈ, ਪੰਜਾਬੀ ਸੂਟ, ਔਰਗੈਂਜ਼ਾ ਫੈਬਰਿਕ ਦਾ ਸੂਟ ਹੈ ਜੀ। ਡਿਜ਼ਾਈਨਰ ਹੈਂਡਬੈਗ ਨਾਲ ਰੈਡੀ ਕੀਤਾ ਗਿਆ ਹੈ ਜੀ, ਗੋਲਡਨ ਕਲਰ ਦੀ ਇੰਬੋਇਡਰੀ ਹੈ ਇਹਦੇ ਉੱਪਰ, ਫਰੰਟ ਸਾਈਡ ਨੈਕ ਐਂਡ ਫਰੰਟ ਗੋਲਡਨ ਕਲਰ ਦੀ ਇੰਬੋਇਡਰੀ 'ਚ ਆਏਗਾ ਜੀ। ਔਰਗੈਂਜ਼ਾ ਫੈਬਰਿਕ ਹੈ, ਬੋਟਮ ਮਿਲੇਗੀ ਸਾਟਨ ਦੀ, ਔਰ ਦੁਪੱਟਾ ਵੇਖੋ ਕਿੰਨਾ ਪਿਆਰਾ ਹੈ, ਫੋਰ ਸਾਈਡ ਲੈਸ ਐਂਡ ਸ਼ਿਫੋਨ, ਪਿਓਰ ਸ਼ਿਫੋਨ ਦਾ ਦੁਪੱਟਾ ਮਿਲਣ ਵਾਲਾ ਹੈ। ਸ਼ਰਟ ਵੇਖੋ ਕਿੰਨੀ ਸੋਹਣੀ ਇੰਬੋਇਡਰੀ ਕੀਤੀ ਗਈ ਹੈ, ਕਿੰਨਾ ਸੋਹਣਾ ਵਰਕ ਹੈ। ਕਲਰ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ, ਫੋਰ ਫਾਈਵ ਕਲਰ ਅਵੇਲੇਬਲ ਨੇ। ਪ੍ਰਾਈਸ ਸਿਰਫ 2150 ਰੁਪਏ, ਫ੍ਰੀ ਸ਼ਿਪਿੰਗ। ਇੰਨਾ ਸੋਹਣਾ ਸੂਟ ਸਿਰਫ 2150 ਰੁਪਏ। ਲਾਸਟ ਸੂਟ ਬਹੁਤ ਹੀ ਸੋਹਣਾ ਹੈ ਜੀ, ਦੇਖੋ ਜੀ, ਪਿਓਰ ਸਿਲਕ ਦਾ ਸੂਟ ਹੈ ਜੀ, ਪਿਓਰ ਕਰੇਪ ਸਿਲਕ ਦਾ ਸੂਟ ਆਉਣ ਵਾਲਾ ਹੈ ਜੀ। ਔਰ ਜੇ ਉੱਪਰ ਹੈਂਡ ਪੇਂਟ ਕੀਤਾ ਹੈ ਬਲੈਕ ਕਲਰ ਦਾ, ਮੈਨੂੰ ਸੂਟ ਦਾ ਕੋਂਬੀਨੇਸ਼ਨ ਹੀ ਬਹੁਤ ਪਿਆਰਾ ਲੱਗਿਆ ਹੈ। ਬਲੈਕ ਕਲਰ ਦਾ ਹੈਂਡ ਪੇਂਟ ਹੈ ਵਾਈਟ ਕਲਰ ਦੇ ਸੂਟ ਦੇ ਉੱਪਰ, ਬਹੁਤ ਹੀ ਪਿਆਰਾ ਸੂਟ ਹੈ। ਨੀਚੇ ਬਾਰਡਰ ਲਾਈਨ ਦੇਖੋ ਪਿੰਕ ਕਲਰ ਨਾਲ ਪਾਕਿਸਤਾਨੀ ਬਲੈਕ ਕਲਰ ਦੀ ਲੈਸ ਲੱਗੀ ਹੈ, ਔਰ ਦੁਪੱਟਾ ਜੋ ਰਹਿਣ ਵਾਲਾ ਹੈ ਉਹ ਪਿਓਰ ਸ਼ਿਫੋਨ ਦਾ ਰਹੇਗਾ।
ਉਹਦੇ ਵੀ ਆਪਾਂ ਦੋਨੋਂ ਪੱਲਿਆਂ 'ਤੇ ਮਿਲਣ ਵਾਲੀ ਹੈ ਲੈਸ ਵਰਕ, ਦੇਖੋ ਕਿੰਨਾ ਸੋਹਣਾ ਹੈ ਨਾ, ਫਿਨਿਸ਼ਿੰਗ ਕਿੰਨੀ ਸੋਹਣੀ ਲੱਗ ਰਹੀ ਹੈ ਸੂਟ ਦੀ। ਔਰ ਇਹਦੇ ਕਲਰ ਸਿਰਫ 16 ਮਿਲੇਗਾ, ਸਿਰਫ ਵਾਈਟ ਕਲਰ, ਜਿੰਨੇ ਮਰਜ਼ੀ ਤੁਸੀਂ ਪੀਸ ਲੈ ਸਕਦੇ ਹੋ। ਸਾਟਨ ਦੀ ਬੋਟਮ ਰਹਿਣ ਵਾਲੀ ਹੈ ਸੂਟ ਦੇ ਨਾਲ, ਪ੍ਰਾਈਸ ਬਿਲਕੁਲ ਨੋਰਮਲ, ਇੰਨਾ ਸੋਹਣਾ ਸੂਟ ਅਤੇ ਪ੍ਰਾਈਸ ਇੰਨਾ ਸਸਤਾ, ਸਿਰਫ 1600 ਰੁਪਏ ਫਰੀ ਸ਼ਿਪਿੰਗ ਦੇ ਨਾਲ ਰੈਡੀ ਹੋਇਆ ਹੈ ਜੀ ਸੂਟ। ਨੈਕਸਟ ਸੂਟ ਵੀ ਆਪਣਾ ਰਹੇਗਾ ਪੰਜਾਬੀ ਸੂਟ, ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ ਔਰ ਬਹੁਤ ਹੀ ਸੋਹਣਾ ਜਿਹਾ ਸੂਟ ਦਾ ਫੈਬਰਿਕ, ਪਿਓਰ ਕਰੇਪ ਸਿਲਕ ਦਾ ਸੂਟ ਰਹਿਣ ਵਾਲਾ ਹੈ ਜੀ। ਕਰੇਪ ਸਿਲਕ ਦਾ ਸੂਟ ਹੈ ਜੀ, ਡਿਜ਼ਾਇਨ ਵੇਖੋ ਕਿੰਨਾ ਸੋਹਣਾ, ਅਟਰੈਕਟਿਵ ਕਰਨ ਵਾਲਾ ਹੈ। ਕੁਛ ਨੈਕ ਦੇ ਉੱਪਰ ਡਿਜ਼ਾਇਨ ਦੇਖੋ, ਬਹੁਤ ਸੋਹਣਾ ਨੈਕ ਬਣਾਇਆ ਇੰਬੋਇਡਰੀ ਨਾਲ, ਔਰ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ, ਕੁਛ ਤਾਜ ਮਹਿਲ ਵਰਗੀ ਸ਼ੇਪ ਦਿੱਤੀ ਗਈ ਹੈ ਨੈਕ ਬਿਲਕੁਲ ਫਰੰਟ 'ਤੇ, ਔਰ ਬਾਰਡਰ 'ਤੇ ਆਏਗੀ ਲੈਸ ਬਹੁਤ ਹੀ ਪਿਆਰੀ, ਠੀਕ ਹੈ ਜੀ। ਸਾਟਨ ਦੀ ਰਹਿਣ ਵਾਲੀ ਹੈ ਜੀ ਬੋਟਮ, ਔਰ ਸ਼ਿਫੋਨ ਦਾ ਰਹਿਣ ਵਾਲਾ ਹੈ ਜੀ ਪਿਓਰ ਸ਼ਿਫੋਨ ਦਾ ਦੁਪੱਟਾ। ਕਲਰ ਕੋਂਬੀਨੇਸ਼ਨ ਤੁਹਾਡੇ ਸਾਹਮਣੇ ਹੈ, 4 ਕਲਰ ਅਵੇਲੇਬਲ ਨੇ, ਸਿਰਫ 2000 ਰੁਪਏ ਫਰੀ ਸ਼ਿਪਿੰਗ ਨਾਲ ਸੂਟ ਤੁਹਾਡੇ ਘਰ ਪਹੁੰਚੇਗਾ ਜੀ। ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਇਸੇ ਨਾਲ ਸਤਿ ਸ਼੍ਰੀ ਅਕਾਲ ਜੀ, ਬਾਏ।